ਸਤਿ ਸ਼੍ਰੀ ਅਕਾਲ, ਸਲਾਮ ਆਦਾਬ, ਨਮਸਕਾਰ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ। ਕਾਫੀ ਦਿਨ ਹੋ ਗਏ ਮੈਨੂੰ ਇਹ ਸੋਚਦੇ ਨੂੰ ਕਿ ਮੈਂ ਕੁਛ ਬੋਲਾਂ ਜਾਂ ਨਾ ਬੋਲਾਂ। ਸਾਡੇ ਦੇਸ਼ ਦੀ ਕਿਸਾਨੀ ਅੱਜ ਖਤਰੇ ਦੇ ਵਿੱਚ ਹੈ, ਕਿਉਂਕਿ ਗਵਰਨਮੈਂਟ ਨੇ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਿਹੜਾ ਬਿਲਕੁਲ ਹੀ ਕਿਸਾਨਾਂ ਦੇ ਖਿਲਾਫ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਹੱਥ ਜੋੜ ਕੇ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇਸ ਕਾਨੂੰਨ ਨੂੰ ਕਿਸਾਨਾਂ ਨੂੰ ਪੁੱਛ ਕੇ ਹੀ ਬਣਾਉਣਾ ਚਾਹੀਦਾ, ਉਹਨਾਂ ਦੀ ਸਹਿਮਤੀ ਬਹੁਤ ਜ਼ਰੂਰੀ ਹੈ। ਅਸੀਂ ਲੋਕ ਜਦੋਂ ਵੀ ਸਰਕਾਰਾਂ ਚੁਣਦੇ ਹਾਂ, ਸਾਨੂੰ ਇਹ ਉਮੀਦ ਹੁੰਦੀ ਹੈ ਕਿ ਅਸੀਂ ਕੁਛ ਨਾ ਕੁਛ ਸਾਨੂੰ ਫਾਇਦਾ ਹੋਏਗਾ ਜਾਂ ਸਾਡੇ ਲਈ ਕੁਛ ਚੰਗਾ ਹੋਏਗਾ ਜਿਹੜੀ ਵੀ ਸਰਕਾਰ ਅਸੀਂ ਚੁਣਾਂਗੇ। ਪਤਾ ਨਹੀਂ ਕਿਉਂ ਜਦੋਂ ਕਾਨੂੰਨ ਬਣਦੇ ਹੈ ਉਦੋਂ ਨਾ ਦੇਸ਼ ਦੇ ਮਜ਼ਦੂਰ ਨੂੰ ਪੁੱਛਿਆ ਜਾਂਦਾ, ਨਾ ਦੇਸ਼ ਦੇ ਕਿਸਾਨ ਨੂੰ ਪੁੱਛਿਆ ਜਾਂਦਾ, ਨਾ ਵਪਾਰੀ ਨੂੰ ਪੁੱਛਿਆ ਜਾਂਦਾ ਕਿ ਤੁਹਾਡੇ ਲਈ ਇਹ ਬੈਨੀਫਿਸ਼ਲ ਹੈ ਵੀ ਕਾਨੂੰਨ ਜਿਹੜਾ ਅਸੀਂ ਬਣਾ ਰਹੇ ਹਾਂ। ਉਹ ਕਾਨੂੰਨ ਆਪਣੀ ਮਰਜ਼ੀ ਨਾਲ ਇੱਕ ਥੋਪਿਆ ਜਾਂਦਾ। ਅੱਜ ਦੇਸ਼ ਦਾ ਅੰਨਦਾਤਾ ਸੜਕਾਂ ਦੇ ਉੱਤੇ ਰੁਲਦਾ ਫਿਰਦਾ ਅਤੇ ਪੁਲਿਸ ਵਾਲੇ ਉਸ ਕਿਸਾਨ ਨੂੰ ਡਾਂਗਾ ਮਾਰ ਰਹੇ ਨੇ, ਥਾਂ ਥਾਂ 'ਤੇ ਉਹਦੀ ਬਦੀਨੀ ਹੋ ਰਹੀ ਹੈ। ਸਰਕਾਰ ਜੀ, ਹੱਥ ਜੋੜ ਕੇ ਬੇਨਤੀ ਹੈ, ਕਿਸਾਨੀ ਦੇ ਪੱਖ ਦੇ ਵਿੱਚ ਕੋਈ ਗੱਲ ਕਰੋ। ਸਾਡਾ ਦੇਸ਼ ਕਿਸਾਨ ਪ੍ਰਧਾਨ, ਖੇਤੀਬਾੜੀ ਪ੍ਰਧਾਨ ਦੇਸ਼ ਹੈ, ਐਗਰੀਕਲਚਰ ਪ੍ਰਧਾਨ ਦੇਸ਼ ਹੈ। ਅਗਰ ਸਾਡੇ ਦੇਸ਼ ਦਾ ਕਿਸਾਨ ਹੀ ਰੁਲ ਗਿਆ ਤਾਂ ਸਾਰੇ ਪਾਸੇ ਫਰਕ ਪੈਣਾ ਹੈਗਾ, ਹਰ ਵਪਾਰੀ ਨੂੰ ਫਰਕ ਪੈਣਾ ਹੈ, ਹਰ ਕਿਸੇ ਨੂੰ ਰੋਟੀ ਮਿਲਣੋਂ ਹਟ ਜਾਣੀ ਹੈ। ਸੋ ਕਿਰਪਾ ਕਰੋ, ਬੇਨਤੀ ਨੂੰ ਪ੍ਰਵਾਨ ਕਰਿਓ ਕਿ ਜਿਹੜਾ ਕਾਨੂੰਨ ਬਣਦਾ ਜਾਂ ਤਾਂ ਇਹਨੂੰ ਬਿਲਕੁਲ ਬੰਦ ਕਰ ਦਿਓ ਜਾਂ ਫਿਰ ਕਿਸਾਨਾਂ ਦੇ ਪੱਖ ਦੀ ਗੱਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।